ਜਿਹੜਾ ਜੁਲਾਈ ਤੋਂ ਅਗਸਤ ਦੇ ਵਿੱਚ ਕਿੰਨੂ ਦਾ ਵਾਧਾ ਜਾਂ ਨਿੰਬੂ ਜਾਤੀ ਦੇ ਫਲਾਂ ਦਾ ਵਾਧਾ ਜਿਹੜਾ ਕਾਫੀ ਤੇਜ਼ੀ ਨਾਲ ਹੁੰਦਾ ਗਾ ਜੀ, ਨਵੇਂ ਪੱਤੇ ਆਉਣੇ ਹੁੰਦੇ ਹੈਗੇ, ਪਰ ਇਸ ਸਮੇਂ ਜਿਹੜੀ ਸਮੱਸਿਆ ਆਉਂਦੀ ਹੈ ਪੀਲੇਪਣ ਦੀ, ਆਪਾਂ ਪੀਲੇਪਣ ਦੀ ਸਮੱਸਿਆ ਤੋਂ ਕਿਵੇਂ ਨਿਜਾਤ ਪਾ ਸਕਦੇ ਹਾਂ ਜਾਂ ਆਪਾਂ ਇਹਨੂੰ ਕਿਵੇਂ ਘੱਟ ਕਰ ਸਕਦੇ ਹਾਂ, ਕੀ ਇਹਦੇ ਹੱਲ ਨੇ, ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਪੂਰੀ ਗੱਲਬਾਤ ਕਰਾਂਗੇ, ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਵੀਰ ਇਸ ਸਮੱਸਿਆ ਨਾਲ ਜੂਝ ਰਹੇ ਨੇਗੇ ਉਹਨਾਂ ਨੂੰ ਇਹਦੇ ਕਾਰਨ, ਲੱਛਣ ਅਤੇ ਜਿਹੜਾ ਇਹਦਾ ਕੀ ਆਪਾਂ ਹੱਲ ਕਰ ਸਕਦੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗ ਸਕੇ। ਸਾਡੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਜਿਹੜੀਆਂ ਅਸੀਂ ਫਲਾਂ ਸੰਬੰਧੀ ਜਾਂ ਬਾਕੀ ਕੁਦਰਤੀ ਖੇਤੀ ਸੰਬੰਧੀ ਪਾਉਣੇ ਰਹਿੰਦੇ ਹਾਂ ਉਹ ਤੁਹਾਡੇ ਤੱਕ ਪਹੁੰਚ ਸਕਣ ਜੀ। ਹੁਣ ਆਪਾਂ ਗੱਲ ਕਰ ਲਈਏ ਜਿਹੜੇ ਨਿੰਬੂ ਜਾਤੀ ਦੇ ਵਿੱਚ ਜਿਹੜੇ ਪੱਤਿਆਂ ਦਾ ਪੀਲੇਪਣ ਦਾ ਕੀ ਮੁੱਖ ਕਾਰਨ ਨੇਗੇ, ਅਤੇ ਇਹਦੇ 'ਚ ਇੱਕ ਹੋਰ ਸਮੱਸਿਆ ਇਸ ਸਮੇਂ ਆਉਂਦੀ ਹੈਗੀ ਜਿਹੜੀ ਕਿ ਡਾਈਬੈਕ ਦੇ ਨਾਂ ਨਾਲ ਜਾਣੀ ਜਾਂਦੀ ਹੈ, ਜਿਹੜਾ ਕਿ ਟਾਹਣੀਆਂ ਉੱਪਰਲੇ ਪਾਸੇ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਇਹਦੇ ਜਿਹੜੇ ਮੁੱਖ ਕਾਰਨ ਹੁੰਦੇ ਨੇਗੇ ਉਹ ਹੈਗਾ ਜੀ, ਇੱਕ ਤਾਂ ਜਿੰਕ, ਮੈਗਨੀਜ਼ ਅਤੇ ਜਿਹੜੀ ਲੋਹੇ ਦੀ ਘਾਟ ਕਰਕੇ ਜਿਹੜੀਆਂ ਇਹ ਪੱਤਿਆਂ ਦਾ ਪੀਲਾਪਣ ਆਉਂਦਾ ਗਾ। ਅਤੇ ਇਹ ਤੋਂ ਇਲਾਵਾ ਜਿਹੜਾ ਜਦੋਂ ਆਪਾਂ ਜੜ੍ਹਾਂ ਦੇ ਨੇੜੇ ਜ਼ਿਆਦਾ ਪਾਣੀ ਖੜ੍ਹ ਲੱਗ ਜਾਂਦਾ ਬਰਸਾਤਾਂ ਦੇ ਸਮੇਂ ਤਾਂ ਜਿਹੜੀ ਜਿੰਕ ਦੀ ਘਾਟ ਆਉਂਦੀ ਆ ਉਹ ਵੀ ਇਸ ਪੀਲੇਪਣ ਦਾ ਕਾਰਨ ਬਣਦੀ ਆ। ਤੀਜਾ ਮੁੱਖ ਕਾਰਨ ਜਿਹੜਾ ਮਾੜੀ ਕਿਸਮ ਦੇ ਆਪਾਂ ਪੌਦੇ ਕਿਤੋਂ ਲਿਆਉਣੇ ਹੈਗੇ ਉਹਨਾਂ 'ਤੇ ਪੇਂਦ ਮਾੜੀ ਕਿਸਮ ਦੀ ਚੜ੍ਹੀ ਹੁੰਦੀ ਆ ਜਾਂ ਉਹਨਾਂ ਦਾ ਜਿਹੜਾ ਜੜ੍ਹ ਮੁੱਢ ਹੁੰਦਾ ਉਹ ਮਾੜੀ ਕਿਸਮ ਦਾ ਲੱਗਿਆ ਹੁੰਦਾ ਉਹ ਜਿਹੜਾ ਤੀਜਾ ਮੁੱਖ ਕਾਰਨ ਬਣਦਾ ਹੈਗਾ। ਉਹ ਕਾਫੀ ਸਾਰੇ ਹੱਲ ਕਰਨ ਤੋਂ ਬਾਅਦ ਵੀ ਉਸ ਚੀਜ਼ ਦਾ ਆਪਾਂ ਜਿਹੜਾ ਕੋਈ ਕਿਸੇ ਚੰਗੇ ਨਤੀਜੇ 'ਤੇ ਨਹੀਂ ਪਹੁੰਚ ਪਾਉਂਦੇ ਗੇ। ਅਤੇ ਚੌਥਾ ਜਿਹੜਾ ਵੱਡਾ ਕਾਰਨ ਆ ਕਿ ਉਹ ਜਿਹੜੇ ਆਪਣੇ ਵੱਡੇ ਤੱਤ ਹੁੰਦੇ ਆ ਜਿਹਦੇ 'ਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਵਗੈਰਾ ਗੇ, ਇਹਨਾਂ ਦੀ ਘਾਟ ਉਹ ਵੀ ਪੀਲੇਪਣ ਦਾ ਜਿਹੜਾ ਕਾਰਨ ਬਣਦੀ ਹੈਗੀ। ਅਤੇ ਆਪਾਂ ਨੂੰ ਇਸ ਚੀਜ਼ ਦਾ ਪਤਾ ਕਿਵੇਂ ਲੱਗੂਗਾ ਵੀ ਕਿਹੜੀ ਚੀਜ਼ ਕਰਕੇ ਜਾਂ ਕਿਸ ਚੀਜ਼ ਦੀ ਘਾਟ ਕਰਕੇ ਜਿਹੜਾ ਆਪਣਾ ਬੂਟਾ ਪੀਲਾ ਹੋਇਆ ਗਾ ਅਤੇ ਕੀ ਆਪਾਂ ਉਹਦਾ ਹੱਲ ਕਰਨਾ ਗਾ? ਉਹਦੇ ਜਿਹੜਾ ਛੋਟਾ ਜਿਹਾ ਇੱਕ ਤਰੀਕਾ ਗਾ ਇਹ ਆਪਾਂ ਨੂੰ, ਜਿਵੇਂ ਮੰਨ ਲਓ ਇਹ ਪੱਤਾ ਗਾ, ਇਹਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਨਾੜੀਆਂ ਹਰੇ ਰੰਗ ਦੀਆਂ ਰਹਿ ਜਾਂਦੀਆਂ ਹੈਗੀਆਂ, ਬਾਕੀ ਸਾਰਾ ਪੱਤਾ ਜਿਹੜਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਗਾ। ਇਹ ਜਿੰਕ ਅਤੇ ਜਿਹੜੀ ਲੋਹੇ ਅਤੇ ਮੈਗਨੀਜ਼ ਦੀ ਘਾਟ ਕਰਕੇ ਹੁੰਦਾ ਗਾ। ਅਤੇ ਇਹਦਾ ਤੁਸੀਂ ਹੱਲ ਕੀ ਕਰ ਸਕਦੇ ਹੋ ਉਹ ਵੀ ਜਿਹੜਾ ਤੁਹਾਨੂੰ ਆਪਾਂ ਹੁਣੇ ਦੱਸ ਦਿਆਂਗੇ ਇਸ ਵੀਡੀਓ ਦੇ ਵਿੱਚ। ਅਤੇ ਇਸ ਤੋਂ ਇਲਾਵਾ ਜਿਹੜੇ ਟਾਹਣੀਆਂ ਦਾ ਸੁੱਕਣਾ ਉਹ ਡਾਈਬੈਕ ਕਰਕੇ ਹੁੰਦਾ ਗਾ। ਹੁਣ ਆਪਾਂ ਗੱਲ ਕਰ ਲਈਏ ਇਹਦਾ ਹੱਲ ਕਰਨ ਲਈ, ਜਿਹੜੀਆਂ ਇੱਕ ਤਾਂ ਆਪਾਂ ਨੂੰ ਸਮੇਂ ਤੋਂ ਸਮੇਂ ਜਿਹੜੀਆਂ ਖਾਦਾਂ ਦੀ ਪੂਰਤੀ ਕਰਨੀ ਚਾਹੀਦੀ ਹੈਗੀ। ਜ਼ਿਆਦਾਤਰ ਨਿੰਬੂ ਜਾਤੀ ਦੇ ਬੂਟਿਆਂ ਨੂੰ ਜਿਹੜਾ ਦਸੰਬਰ ਦੇ ਵਿੱਚ ਰੂੜੀ ਦੀ ਖਾਦ ਪੈਂਦੀ ਹੈਗੀ, ਇੱਕ ਤੋਂ ਲੈ ਕੇ 3 ਸਾਲ ਦੇ ਬੂਟੇ ਨੂੰ ਆਪਾਂ ਜਿਹੜੀ 5 ਤੋਂ ਲੈ ਕੇ 20 ਕਿਲੋ ਤੱਕ ਰੂੜੀ ਦੀ ਗਲੀ ਸੜੀ ਵਧੀਆ ਖਾਦ ਪਾਉਣੀ ਹੈਗੀ। ਇਸ ਤੋਂ ਇਲਾਵਾ ਜਿਹੜੇ 4 ਤੋਂ ਲੈ ਕੇ 6 ਸਾਲ ਦੇ ਬੂਟੇ ਹੈਗੇ ਉਹਨਾਂ ਦੇ ਵਿੱਚ ਆਪਾਂ 25 ਤੋਂ ਲੈ ਕੇ 50 ਕਿਲੋ ਤੱਕ ਰੂੜੀ ਦੀ ਖਾਦ ਪਾਉਣੀ ਹੈਗੀ। 300 ਗ੍ਰਾਮ ਤੁਸੀਂ ਖਲ ਦੇ ਸਕਦੇ ਹੋ ਨਾਈਟ੍ਰੋਜਨ ਦੀ ਜਿਹੜੀ ਘਾਟ ਪੂਰੀ ਕਰਨ ਖਾਤਰ ਛੋਟੇ ਬੂਟੇ ਨੂੰ, ਅਤੇ ਜਿਹੜਾ 4 ਤੋਂ 6 ਸਾਲ ਦਾ ਬੂਟਾ ਉਹਦੇ 'ਚ 700 ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ ਜਿਹੜੀ ਤੁਸੀਂ ਖਲ ਗੁੱਡ ਸਕਦੇ ਹੋ। ਜਿਹੜੀਆਂ ਹੋਰ ਆਪਣੇ ਕੁਦਰਤੀ ਤਰੀਕੇ ਨਾਲ ਇਹਨਾਂ ਦੀ ਤੱਤਾਂ ਦੀ ਪੂਰਤੀ ਕਰਨ ਲਈ ਚੀਜ਼ਾਂ ਆਪਾਂ ਵਰਤ ਸਕਦੇ ਹਾਂ ਉਹ ਆਪਾਂ ਇਹਦੇ 'ਚ ਕਲੀ ਚੂਨਾ ਪਾ ਸਕਦੇ ਹਾਂ ਜੀ। ਉਸ ਤੋਂ ਇਲਾਵਾ ਆਪਾਂ ਇਹਦੇ 'ਚ ਖੱਟੀ ਲੱਸੀ ਪਾ ਸਕਦੇ ਹਾਂ, ਲੱਸੀ 'ਚ ਮਿਲਾ ਕੇ ਸਰ੍ਹੋਂ ਦਾ ਤੇਲ ਪਾ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਜਿਹੜਾ ਤੱਤਾਂ ਦੀ ਪੂਰਤੀ ਕਰਦੀਆਂ ਹੈਗੀਆਂ। ਅਤੇ ਜੜ੍ਹਾਂ ਦੇ ਰੋਗਾਂ ਤੋਂ ਬਚਾ ਲਈ ਆਪਾਂ ਜਿਹੜਾ ਟ੍ਰਾਈਕੋਡਰਮਾ ਅਤੇ ਸੂਡੋਮਨਾਸ ਵੀ ਇਹਦੇ ਵਿੱਚ ਆਪਾਂ ਪਾ ਸਕਦੇ ਹਾਂ ਜੀ। ਇਸ ਤੋਂ ਇਲਾਵਾ ਜਿਹੜਾ ਬੋਡੋ ਮਿਕਸਚਰ ਹੁੰਦਾ ਹੈਗਾ, ਬੋਡੋ ਮਿਕਸਚਰ ਕੀ ਚੀਜ਼ ਆ? ਕਲੀ ਚੂਨਾ ਅਤੇ ਜਿਹੜਾ ਨੀਲਾ ਥੋਥਾ ਇਹਦਾ ਘੋਲ ਹੁੰਦਾ ਹੈਗਾ। ਬੋਡੋ ਮਿਕਸਚਰ 2:2:250 ਇਸ ਮਿਕਸਚਰ ਨੂੰ ਤਿਆਰ ਕਰਨ ਦੀ ਰੇਸ਼ੋ ਹੋਊਗੀ, 2 ਕਿਲੋ ਕਲੀ ਚੂਨਾ, 2 ਕਿਲੋ ਜਿਹੜਾ ਤੁਸੀਂ ਨੀਲਾ ਥੋਥਾ ਅਤੇ 250 ਲੀਟਰ ਪਾਣੀ ਲੈਣਾ ਹੈਗਾ। ਉਹਦੇ ਵਿੱਚ ਤੁਸੀਂ ਇਹਨੂੰ ਤਿਆਰ ਕਰਨਾ,
ਜਿਹੜਾ ਨੀਲਾ ਥੋਥਾ ਉਹਨੂੰ ਘੋਲਣ ਵੇਲੇ ਇਹ ਤੁਸੀਂ ਧਿਆਨ ਰੱਖਣਾ ਗਾ ਵੀ ਜਿਹੜਾ ਤੁਸੀਂ ਆਪਣਾ ਕਿਸੇ ਮੈਟਲ ਦੇ ਭਾਂਡੇ 'ਚ ਨੀਲੇ ਥੋਥੇ ਨੂੰ ਨਾ ਘੋਲੋ, ਅਤੇ ਉਹਨਾਂ ਨੂੰ ਰਬੜ ਦੇ ਭਾਂਡੇ 'ਚ ਅਲੱਗ ਅਲੱਗ ਘੋਲ ਕੇ ਇਕੱਠਾ ਕਰਕੇ ਉਹ ਛਿੜਕਾਅ ਤੁਸੀਂ ਸਾਲ ਦੇ ਵਿੱਚ 3 ਵਾਰੀ, ਯਾਨੀ ਕਿ ਤੁਸੀਂ ਉਹਨੂੰ ਕਟਿੰਗ ਤੋਂ ਬਾਅਦ ਕਰਨਾ ਗਾ, ਮਾਰਚ ਦੇ ਵਿੱਚ ਕਰਨਾ, ਜੁਲਾਈ ਦੇ ਵਿੱਚ ਕਰਨਾ ਅਤੇ ਸਤੰਬਰ ਦੇ ਵਿੱਚ ਇਹਨਾਂ ਦੇ ਉੱਪਰ ਛਿੜਕਾਅ ਕਰਨਾ ਗਾ ਬੋੜੋ ਮਿਕਸਚਰ ਦਾ। ਉਹ ਕਾਫੀ ਸਾਰੀਆਂ ਬਿਮਾਰੀਆਂ ਤੋਂ, ਡਾਈਬੈਕ ਵਗੈਰਾ ਤੋਂ ਤੁਹਾਡੀ ਬਚਾਅ ਕਰੂਗਾ। ਜ਼ਿੰਕ ਦੀ ਘਾਟ ਪੂਰੀ ਕਰਨ ਲਈ ਤੁਸੀਂ ਅੰਤ ਅਪ੍ਰੈਲ ਅਤੇ ਅੱਧ ਅਗਸਤ ਦੇ ਵਿੱਚ ਜਿਹੜਾ ਮੰਨ ਲਈਏ ਵੀ 50 ਕੁ ਗ੍ਰਾਮ ਜ਼ਿੰਕ ਅਤੇ 30 ਕੁ ਗ੍ਰਾਮ ਜਿਹੜੀ ਮੈਗਨੀਜ਼ ਸਲਫੇਟ ਆ, ਜ਼ਿੰਕ ਸਲਫੇਟ ਜਿਹੜੀ 50 ਗ੍ਰਾਮ ਅਤੇ 30 ਗ੍ਰਾਮ ਮੈਗਨੀਜ਼ ਸਲਫੇਟ ਜਿਹੜੀ 10 ਕੁ ਲੀਟਰ ਪਾਣੀ ਦੇ ਵਿੱਚ ਪਾ ਕੇ ਇਹਨਾਂ ਦੇ ਉੱਪਰ ਤੁਸੀਂ ਛਿੜਕਾਅ ਕਰ ਸਕਦੇ ਹੋ ਇਹਨਾਂ ਦੀ ਘਾਟ ਪੂਰੀ ਕਰਨ ਖਾਤਰ। ਬੋੜੋ ਮਿਕਸਚਰ ਬਾਰੇ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ, ਪਰ ਜਿਹੜਾ ਬੋੜੋ ਮਿਕਸਚਰ ਦੀ ਜੇ ਤੁਸੀਂ ਸਪਰੇਅ ਕੀਤੀ ਆ ਤਾਂ ਘੱਟੋ ਘੱਟ 7 ਤੋਂ ਲੈ ਕੇ 10 ਦਿਨਾਂ ਦਾ ਫਾਸਲਾ ਤੁਸੀਂ ਜ਼ਿੰਕ ਸਲਫੇਟ ਅਤੇ ਮੈਗਨੀਜ਼ ਸਲਫੇਟ ਵਾਲੀ ਜਿਹੜੀ ਸਪਰੇਅ ਦੇ ਵਿੱਚ ਰੱਖਣਾ ਗਾ। ਸਮੇਂ ਤੋਂ ਸਮੇਂ ਤੁਸੀਂ ਇਹਦੇ 'ਚ ਗੰਡੋਇਆਂ ਦੀ ਖਾਦ ਪਾ ਸਕਦੇ ਹੋਗੇ। ਪਾਣੀ ਦਾ ਚੰਗਾ ਪ੍ਰਬੰਧਨ ਰੱਖਣਾ, ਜੜ੍ਹਾਂ ਦੇ ਵਿੱਚ ਪਾਣੀ ਨਾ ਖੜ੍ਹੇ, ਇਸ ਲਈ ਤੁਸੀਂ ਥਾਂ ਉੱਚਾ ਕਰ ਦੇਣਾ ਗਾ। ਅਤੇ ਜਿਹੜਾ ਆਪਾਂ ਪਹਿਲਾਂ ਵੀ ਦੱਸਿਆ ਵੀ ਲੱਸੀ ਵਗੈਰਾ ਤੁਸੀਂ ਜਿਹੜੀ ਇਹਦੇ ਵਿੱਚ ਪਾ ਸਕਦੇ ਹੋਗੇ। ਇਹ ਚੀਜ਼ਾਂ ਨਾਲ ਤੁਸੀਂ ਜਿਹੜਾ ਬੂਟੇ ਦਾ ਪੀਲਾਪਣ ਅਤੇ ਜਿਹੜਾ ਟਾਹਣੀਆਂ ਦਾ ਸੁੱਕਣਾ ਰੋਕ ਸਕਦੇ ਹੋਗੇ। ਇਸ ਤੋਂ ਇਲਾਵਾ ਇੱਕ ਕੰਮ ਹੋਰ ਕਰ ਸਕਦੇ ਹੋ, ਜੇਕਰ ਟਾਹਣੀਆਂ ਸੁੱਕੀਆਂ ਹੋਈਆਂ ਨੇਗੀਆਂ ਤਾਂ ਉਹਨਾਂ ਨੂੰ ਕੱਟ ਕੇ ਉਹਨਾਂ 'ਤੇ ਬੋੜੋ ਪੇਸਟ, ਉਹਦੇ ਬਾਰੇ ਆਪਾਂ ਇੱਕ ਵੱਖਰੀ ਵੀਡੀਓ ਬਣਾ ਦਾਂਗੇ, ਉਹ ਵੀ ਕਨੀਲਾ ਥੋਥਾ ਕਲੀ ਇਹਨਾਂ ਚੀਜ਼ਾਂ ਦਾ ਪੇਸਟ ਬਣਦਾ ਗਾ, ਉਹ ਲਾ ਦੇਣਾ ਕਟਿੰਗ ਕੀਤੀ ਹੋਈ 'ਤੇ, ਅਤੇ ਕਟਿੰਗ ਕਰਨ ਤੋਂ ਬਾਅਦ ਬੋੜੋ ਮਿਕਸਚਰ ਦੀ ਸਪਰੇਅ ਕਰ ਦੇਣੀ ਹੈ ਜੀ। ਉਮੀਦ ਕਰਦੇ ਹਾਂ ਵੀਡੀਓ ਦੇ ਵਿੱਚ ਦੱਸੀਆਂ ਗਈਆਂ ਗੱਲਾਂ ਤੁਹਾਡੇ ਲਈ ਜਿਹੜੀਆਂ ਸਹਾਇਕ ਸਾਬਤ ਹੋਣਗੀਆਂ, ਅਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ, ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰਦਿਆ ਕਰੋ। ਧੰਨਵਾਦ ਜੀ।